ਸਤਿ ਸ਼੍ਰੀ ਅਕਾਲ ਵੀਰੇ, ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜੱਟਾਂ ਟਰੈਕਟਰ ਚੈਨਲ ਵਿੱਚ। ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜੱਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਘੰਟੀ ਦੇ ਬਟਨ 'ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ ਵੀਰੇ। ਹਾਂਜੀ, ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ, ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ ਹੈ, 9873 90 942। ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ, ਜਿਵੇਂ ਟਰੈਕਟਰ, ਟਰਾਲੀ, ਕਾਰ, ਜੀਪ, ਹਲ, ਤਵੀਆਂ, ਤਾਂ ਉਸ ਮਸ਼ੀਨਰੀ ਦੀਆਂ 4-5 ਫੋਟੋਆਂ ਨਾਲ ਹੀ ਉਸਦੀ ਲੋੜੀਂਦੀ ਜਾਣਕਾਰੀ, ਜਿਵੇਂ ਉਸਦਾ ਰੇਟ, ਏਰੀਆ, ਮਾਡਲ ਅਤੇ ਟਾਇਰ ਕਿੰਨੇ ਪੈਸੇ ਹੁੰਦੇ ਹੈ, ਇਹ ਸਾਰੀ ਜਾਣਕਾਰੀ ਭੇਜ ਕੇ ਆਪਣੀ ਐਡ ਸਾਡੇ ਯੂਟਿਊਬ ਚੈਨਲ 'ਤੇ ਕਰਵਾ ਸਕਦੇ ਹੋ। ਬਿਲਕੁਲ ਫਰੀ ਦੇ ਵਿੱਚ ਐਡ ਕੀਤੀ ਜਾਂਦੀ ਹੈ, ਕੋਈ ਕਮਿਸ਼ਨ ਨਹੀਂ ਆਪਣਾ। ਅਤੇ ਇੱਕ ਜੇ ਕੋਈ ਵੀ ਮਸ਼ੀਨਰੀ ਸੈਂਡ ਕਰਦਾ ਐਡ ਕਰਵਾਉਣ ਲਈ, ਤਾਂ ਉਸਦਾ ਰੇਟ, ਮਾਰਕੀਟ ਵੈਲਿਊ ਹਿਸਾਬ ਨਾਲ ਹੀ ਦੱਸਿਆ ਕਰੋ, ਉਨਾ ਕੁ ਰੇਟ ਦੱਸਿਆ ਕਰੋ ਜਿੰਨੇ ਕੁ ਦੀ ਮਸ਼ੀਨਰੀ ਹੋਵੇ। ਮਾਰਕੀਟ ਵੈਲਿਊ ਨਾਲੋਂ ਪ੍ਰਾਈਜ਼ ਜ਼ਿਆਦਾ ਦੱਸਣ ਵਾਲੇ ਦੀ ਐਡ ਆਪਾਂ ਨਹੀਂ ਕਰਨੀ। ਅਤੇ ਇੱਕ ਕੁਝ ਕੁ ਵੀਰਾਂ ਦੀ ਕੰਪਲੇਂਟ ਆਉਂਦੀ ਹੈ ਅਤੇ ਕਮੈਂਟਸ ਆਉਂਦੇ ਨੇ ਕਿ ਰੇਟ ਜ਼ਿਆਦਾ ਹੈ। ਆਪਾਂ ਕਿਸੇ ਵੀ ਮਸ਼ੀਨਰੀ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ, ਉਹ ਮਾਲਕ ਵੀਰਾਂ ਵੱਲੋਂ ਦੱਸੀ ਹੋਈ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ 'ਤੇ ਲੈਸ ਹੋ ਹੀ ਜਾਂਦੀ ਹੈ। ਇਸ ਕਰਕੇ ਜੇ ਕੋਈ ਵੀ ਮਸ਼ੀਨਰੀ ਖਰੀਦਣ ਦਾ ਚਾਹਵਾਨ ਹੁੰਦਾ ਹੈ, ਤਾਂ ਉਹ ਮਾਲਕ ਵੀਰਾਂ ਨਾਲ ਫੋਨ 'ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਸਕਦਾ ਹੈ। ਥੈਂਕ ਯੂ ਵੀਰੇ। ਅੱਜ ਆਪਣੇ ਕੋਲ ਸੇਲ ਵਿੱਚ 6 ਚੀਜ਼ਾਂ ਨੇ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ। ਮਹਿੰਦਰਾ 275 DI ਟਰੈਕਟਰ ਹੈ, 18.5 ਫੁੱਟੀ ਟਰਾਲੀ ਹੈ, ਟਾਟਾ ਸਫਾਰੀ ਗੱਡੀ ਹੈ, ਸੋਨਾਲੀਕਾ 60 DI ਟਰੈਕਟਰ ਹੈ, ਜੌਂਡੀਅਰ 5310 ਟਰੈਕਟਰ ਹੈ ਅਤੇ ਨਿਊ ਹੀਰਾ ਕੰਬਾਈਨ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਟਰਾਲੀ ਦੀ। 18.5x7 ਦੀ 2020 ਮਾਡਲ ਬਿਲਕੁਲ ਨਵੀਂ ਟਰਾਲੀ ਹੈ ਅਤੇ ਟਰਾਲੀ ਦਾ ਜੋ ਏਰੀਆ ਹੈ ਉਹ ਫਗਵਾੜਾ ਏਰੀਆ ਹੈ ਜਿੱਥੇ ਟਰਾਲੀ ਖੜ੍ਹੀ ਹੈ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ। ਟਰਾਲੀ ਦੇ ਜੋ ਟਾਇਰ ਨੇ 50-55 ਪੈਸੇ ਟਰਾਲੀ ਦੇ ਟਾਇਰ ਹੈ। ਸੇਮ ਕੰਡੀਸ਼ਨ ਵਿੱਚ 4 ਟਾਇਰ ਨੇ ਅਤੇ 4 ਟਾਇਰਾਂ 'ਤੇ ਵੀਲ ਕੱਪ ਲੱਗੇ ਹੋਏ ਨੇ। ਸਾਫ਼ ਸੁਥਰੇ ਵਧੀਆ ਬੇਦਾਗ ਟਾਇਰ ਨੇ, ਕਿਤੇ ਕੋਈ ਕੱਟ ਵਗੈਰਾ ਨਹੀਂ। ਟਰਾਲੀ 'ਤੇ 10 ਇੰਚੀ ਚਾਸੀ ਲੱਗੀ ਹੋਈ ਹੈ, 10 ਇੰਚੀ ਹੱਬ ਅਤੇ ਰੇਲ ਦਾ ਬਿਲਕੁਲ ਓਰਿਜਨਲ ਧੁਰਾ ਲੱਗਿਆ ਹੋਇਆ ਹੈ। ਹੈਵੀ ਕੁਆਲਿਟੀ ਦੀ ਟਰਾਲੀ ਹੈ, ਡੀਲਕਸ ਮਾਡਲ ਹੈ। ਪਾਣੀ ਵਾਲੀ ਟੈਂਕੀ ਲੱਗੀ ਹੋਈ ਹੈ ਅਤੇ ਖੱਬੀ ਸਾਈਡ 'ਤੇ ਮੰਜਾ ਲੱਗਿਆ ਹੋਇਆ ਹੈ। 2 ਫੁੱਟੀ ਵਾਢੀ ਅਤੇ 2.5 ਫੁੱਟਾ ਵਿੱਡ ਹੈ। ਵਿੱਡ ਉੱਪਰ ਝੋਪੜੀ ਬਣੀ ਹੋਈ ਹੈ ਤਰਪਾਲ ਵਗੈਰਾ ਪਾਉਣ ਦੇ ਲਈ। ਬਾਕੀ LED ਲਾਈਟਸ ਵੀ ਲੱਗੀਆਂ ਹੋਈਆਂ ਨੇ, ਕੋਈ ਕਮੀ ਪੇਸ਼ੀ ਨਹੀਂ। ਇੱਕਦਮ ਨਵੀਂ ਟਰਾਲੀ ਹੈ, ਕੋਈ ਡੈਂਟ ਨਹੀਂ, ਕੋਈ ਡੈਮੇਜ ਨਹੀਂ। ਮਾਲਕ ਵੀਰਾਂ ਵੱਲੋਂ ਪੂਰੀ ਫੁੱਲ ਗਰੰਟੀ ਹੈ। ਹੈਵੀ ਕੁਆਲਿਟੀ ਦੀ ਟਰਾਲੀ ਹੈ ਅਤੇ ਮਾਲਕ ਵੀਰਾਂ ਨੇ ਟਰਾਲੀ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 2,65,000 ਰੁਪਏ। ਅਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ 'ਤੇ ਸ਼ੋਹਰ ਹੈ, 9876-72-182। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਤੁਸੀਂ ਮਾਲਕ ਵੀਰਾਂ ਨਾਲ ਫੋਨ 'ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ ਵਟਸਐਪ 'ਤੇ ਮੈਸੇਜ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਮਹਿੰਦਰਾ 275 DI ਟਰੈਕਟਰ ਦਿਖਾ ਰਹੇ ਹਾਂ ਜੀ ਆਪਾਂ ਤੁਹਾਨੂੰ। 1997 ਮਾਡਲ ਟਰੈਕਟਰ ਹੈ ਅਤੇ ਟਰੈਕਟਰ ਦਾ ਜੋ ਏਰੀਆ ਉਹ ਗੁਰਦਾਸਪੁਰ ਏਰੀਆ ਜਿੱਥੇ ਟਰੈਕਟਰ ਖੜ੍ਹਾ ਹੈ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ। ਆਲ ਓਰੀਜਨਲ ਟਰੈਕਟਰ ਹੈ, ਬਾਡੀ 'ਚ ਅਸੀਂ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਹੈ, ਕਿਤੋਂ ਵੀ ਟਰੈਕਟਰ ਨੂੰ ਦੁਬਾਰਾ ਰੰਗ ਪੇਂਟ ਨਹੀਂ ਹੋਇਆ। ਸਾਫ਼ ਸੁਥਰਾ ਵਧੀਆ ਰੰਗ ਪੇਂਟ ਪਿਆ, ਕੋਈ ਡੈਮੇਜ ਨਹੀਂ। ਅਤੇ ਟਰੈਕਟਰ ਦੇ ਜੋ ਟਾਇਰ ਨੇ ਉਹ ਵੀ ਟਰੈਕਟਰ ਦੇ ਨਾਲ ਦੇ ਟਾਇਰ ਹੈ। ਪਿਛਲੇ ਟਾਇਰ 40 ਪੈਸੇ ਨੇ ਅਤੇ ਅਗਲੇ ਟਾਇਰ 30 ਪੈਸੇ ਨੇ। ਪਿਛਲੇ ਟਾਇਰਾਂ 'ਤੇ ਰਬੜ ਲੱਗੀ ਹੋਈ ਹੈ ਅਤੇ ਮਾਲਕ ਵੀਰਾਂ ਨੇ ਟਰੈਕਟਰ 'ਤੇ ਬਿਲਕੁਲ ਨਵੀਂ ਬੈਟਰੀ ਦਰਵਾਈ ਹੋਈ ਹੈ। ਟਰੈਕਟਰ ਸਿੰਗਲ ਕਲੱਚ, ਸਿੰਪਲ ਸਟੇਅਰਿੰਗ ਅਤੇ ਸੈਂਟਰ ਗੇਅਰ ਦੇ ਨਾਲ ਹੈ। ਬਾਕੀ ਇੰਜਣ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ। ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਹੈ, ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ। ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ। ਟਰੈਕਟਰ ਲੈਣ ਸਮੇਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਅਤੇ ਮਾਲਕ ਵੀਰਾਂ ਨੇ ਇਸਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ 1,95,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ। ਅਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ 'ਤੇ ਸ਼ੋਹਰ ਹੈ, 81-469-034-88। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਤੁਸੀਂ ਮਾਲਕ ਵੀਰਾਂ ਨਾਲ ਫੋਨ 'ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ ਵਟਸਐਪ 'ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਸੋਨਾਲੀਕਾ 60 DI ਟਰੈਕਟਰ ਦਿਖਾ ਰਹੇ ਹਾਂ ਜੀ ਆਪਾਂ ਤੁਹਾਨੂੰ। 2008 ਮਾਡਲ ਟਰੈਕਟਰ ਹੈ ਅਤੇ ਟਰੈਕਟਰ ਦਾ ਜੋ ਏਰੀਆ ਊਧਮ ਸਿੰਘ ਨਗਰ ਏਰੀਆ, ਪਿੰਡ ਕਰਨਾਟਕਾ, ਜੋ ਕਿ ਉੱਤਰਾਖੰਡ ਵਿੱਚ ਪੈ ਜਾਂਦਾ ਹੈ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ। ਆਲ ਓਰੀਜਨਲ ਟਰੈਕਟਰ ਹੈ, ਬਾਡੀ 'ਚ ਅਸੀਂ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਹੈ, ਕਿਤੋਂ ਵੀ ਰੰਗ ਪੇਂਟ ਲਿਆ ਨਹੀਂ ਹੋਇਆ, ਕਿਤੋਂ ਰੰਗ ਪੇਂਟ ਖਰਾਬ ਨਹੀਂ ਹੋਇਆ, ਕੋਈ ਡੈਮੇਜ ਨਹੀਂ, ਸਾਫ਼ ਸੁਥਰਾ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ।
ਅਤੇ ਟਰੈਕਟਰ ਦੇ ਜੋ ਟਾਇਰ ਨੇ 90 ਪੈਸੇ ਟਰੈਕਟਰ ਦੇ ਟਾਇਰ ਹੈ, ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਨੇ, ਬਾਕੀ ਤੁਸੀਂ ਦੇਖ ਸਕਦੇ ਹੋ। ਟਰੈਕਟਰ ਡਬਲ ਕਲੱਚ, ਪਾਵਰ ਬ੍ਰੇਕ, ਪਾਵਰ ਸਟੀਅਰਿੰਗ, ਸਾਈਡ ਗੇਅਰ ਅਤੇ ਰਿਵਰਸ ਸਪੀਡ ਦੇ ਨਾਲ ਹੈ। ਬਾਕੀ ਇੰਜਣ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ, ਮਾਲਕ ਵੀ ਰੱਬ ਨੂੰ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਹੈ, ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ, ਕਿਤੋਂ ਕੋਈ ਲੀਕਿੰਗ ਨਹੀਂ। ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਅਤੇ ਮਾਲਕ ਵੀਰਾਂ ਨੇ ਟਰੈਕਟਰ ਦਾ ਇੰਸ਼ੋਰੈਂਸ ਕਰਵਾਇਆ ਹੋਇਆ ਹੈ, ਨਵੰਬਰ ਤੱਕ ਦਾ ਇੰਸ਼ੋਰੈਂਸ ਹੈ, ਕੋਈ ਕਮੀ ਪੇਸ਼ੀ ਨਹੀਂ। ਬਾਕੀ ਟਰੈਕਟਰ ਲੈਣ ਸਮੇਂ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ, ਅਤੇ ਮਾਲਕ ਵੀਰਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 3,90,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ, ਅਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 7500005958। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ, ਤੁਸੀਂ ਮਾਲਕ ਵੀਰਾਂ ਨਾਲ ਫੋਨ 'ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ ਵਟਸਐਪ 'ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਨਿਊ ਹੀਰਾ ਕੰਬਾਈਨ ਦੀ। 2009 ਮਾਡਲ ਕੰਬਾਈਨ ਹੈ ਅਤੇ ਕੰਬਾਈਨ ਦਾ ਜੋ ਏਰੀਆ ਉਹ ਸਰਦੂਲਗੜ੍ਹ ਏਰੀਆ, ਜ਼ਿਲ੍ਹਾ ਮਾਨਸਾ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਕੰਬਾਈਨ ਨੂੰ ਦੁਬਾਰਾ ਰੰਗ ਪੇਂਟ ਕੀਤਾ ਗਿਆ, ਟੋਟਲੀ ਸਾਰਾ ਪੇਂਟ ਦੁਬਾਰਾ ਹੋਇਆ ਹੋਇਆ, ਇਕਦਮ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਕੀਤਾ ਗਿਆ, ਅਤੇ ਕੰਬਾਈਨ ਦੇ ਸਾਰੇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਹੈ, ਸੇਮ ਕੰਡੀਸ਼ਨ ਦੇ ਵਿੱਚ ਸਾਰੇ ਟਾਇਰ ਹੈ, ਕੋਈ ਕਮੀ ਪੇਸ਼ੀ ਨਹੀਂ। ਅਤੇ ਕੰਬਾਈਨ ਦਾ ਇਕਦਮ ਪੇਟੀ ਬੰਦ ਇੰਜਣ ਹੈ, ਅਤੇ ਮਾਲਕ ਵੀਰਾਂ ਨੇ ਕੰਬਾਈਨ ਦੀ ਟੋਟਲੀ ਸਾਰੀ ਰਿਪੇਅਰ ਕਰਵਾਈ ਹੋਈ ਹੈ, ਇੱਕੋ ਇੱਕ ਚੀਜ਼ ਦੀ ਰਿਪੇਅਰ ਹੋਈ ਹੋਈ ਹੈ, ਅਤੇ ਬੈਲਟਾਂ ਵੀ ਬਿਲਕੁਲ ਨਵੀਆਂ ਲੱਗੀਆਂ ਹੋਈਆਂ ਨੇ। ਏ ਕਲਾਸ ਕੰਡੀਸ਼ਨ ਦੇ ਵਿੱਚ ਕੰਬਾਈਨ ਚੱਲਦੀ ਹੈ, ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ। ਇੰਜਣ ਗੇਅਰ ਦੀ ਕੰਬਾਈਨ ਬਿਲਕੁਲ ਓਕੇ ਹੈ, ਕੰਬਾਈਨ ਲੈਣ ਸਮੇਂ ਤੁਸੀਂ ਕੰਬਾਈਨ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ, ਅਤੇ ਮਾਲਕ ਵੀਰਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ 8,70,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ, ਅਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 99148-35798। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ, ਤੁਸੀਂ ਮਾਲਕ ਵੀਰਾਂ ਨਾਲ ਫੋਨ 'ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ ਵਟਸਐਪ 'ਤੇ ਮੈਸੇਜ ਕਰਕੇ ਇਹ ਕੰਬਾਈਨ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਟਾਟਾ ਸਫਾਰੀ ਗੱਡੀ ਦੀ। 2008 ਮਾਡਲ ਗੱਡੀ ਹੈ, ਅਤੇ ਗੱਡੀ ਦਾ ਜੋ ਏਰੀਆ ਹੈ ਉਹ ਹੁਸ਼ਿਆਰਪੁਰ ਏਰੀਆ ਹੈ ਜਿੱਥੇ ਗੱਡੀ ਖੜ੍ਹੀ ਹੈ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ, ਬੰਪਰ ਟੂ ਬੰਪਰ ਆਲ ਓਰੀਜਨਲ ਗੱਡੀ ਹੈ, ਸਾਰਾ ਰੰਗ ਪੇਂਟ ਗੱਡੀ ਦਾ ਨਾਲ ਦਾ, ਕਿਤੋਂ ਵੀ ਰੰਗ ਪੇਂਟ ਲਿਹਾ ਨਹੀਂ ਹੋਇਆ, ਕਿਤੋਂ ਰੰਗ ਪੇਂਟ ਖਰਾਬ ਨਹੀਂ ਹੋਇਆ, ਕੋਈ ਡੈਮੇਜ ਨਹੀਂ, ਸਾਫ਼ ਸੁਥਰਾ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਹੈ। ਬਾਕੀ ਗੱਡੀ ਦਾ ਪੰਜਾਬ ਦੇ ਨੰਬਰ ਹੈ, ਗੱਡੀ ਦੇ ਜੋ ਟਾਇਰ ਨੇ 90 ਪੈਸੇ ਗੱਡੀ ਦੇ ਟਾਇਰ ਪਏ ਹੈ, ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਪਏ ਹੈ, ਅਤੇ ਚਾਰੇ ਟਾਇਰਾਂ ਦੀ ਅਲੋਏ ਵੀਲਜ਼ ਲੱਗੇ ਹੋਏ ਨੇ। ਗੱਡੀ ਦੇ ਇੰਟੀਰੀਅਰ ਬਾਰੇ ਗੱਲ ਕਰੀਏ, ਸਾਫ਼ ਸੁਥਰਾ ਵਧੀਆ ਏ ਕਲਾਸ ਕੰਡੀਸ਼ਨ ਦਾ ਇੰਟੀਰੀਅਰ ਲੱਗਿਆ ਹੋਇਆ ਹੈ, ਲੈਦਰ ਸੀਟ ਕਵਰਜ ਲੱਗੇ ਹੋਏ ਨੇ, ਅਤੇ ਨੀਚੇ ਵਧੀਆ ਸਾਫ਼ ਮੈਟਿੰਗ ਕੀਤੀ ਹੋਈ ਹੈ, ਕੋਈ ਕਮੀ ਪੇਸ਼ੀ ਨਹੀਂ। ਗੱਡੀ ਪਾਵਰ ਬ੍ਰੇਕ, ਪਾਵਰ ਵਿੰਡੋਜ਼ ਅਤੇ ਪਾਵਰ ਸਟੀਅਰਿੰਗ ਦੇ ਨਾਲ ਹੈ, ਏਸੀ ਹੀਟਰ ਗੱਡੀ ਦਾ ਵਰਕ ਕਰਦਾ ਹੈ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ। ਬਾਕੀ ਇੰਜਣ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ, ਗੱਡੀ ਲੈਣ ਸਮੇਂ ਤੁਸੀਂ ਗੱਡੀ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ। ਮਾਲਕ ਵੀਰਾਂ ਨੇ ਗੱਡੀ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 2,60,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ, ਅਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 98141-67233। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ, ਤੁਸੀਂ ਮਾਲਕ ਵੀਰਾਂ ਨਾਲ ਫੋਨ 'ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ ਵਟਸਐਪ 'ਤੇ ਮੈਸੇਜ ਕਰਕੇ ਇਹ ਗੱਡੀ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਜੌਂਡੀਅਰ 5310 ਟਰੈਕਟਰ ਦਿਖਾ ਰਹੇ ਹਾਂ ਜੀ ਆਪਾਂ ਤੁਹਾਨੂੰ, 2009 ਮਾਡਲ ਟਰੈਕਟਰ ਹੈ, ਅਤੇ ਟਰੈਕਟਰ ਦਾ ਜੋ ਏਰੀਆ ਉਹ ਬਠਿੰਡਾ ਏਰੀਆ ਜਿੱਥੇ ਟਰੈਕਟਰ ਖੜ੍ਹਾ ਹੈ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ, 95 ਪੈਸੇ ਟਰੈਕਟਰ ਦੀ ਕੰਡੀਸ਼ਨ ਪਈ ਹੈ। ਬਾਕੀ ਆਲ ਓਰੀਜਨਲ ਟਰੈਕਟਰ ਹੈ, ਬਾਡੀ 'ਚ ਅਸੀਂ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ, ਕਿਤੋਂ ਵੀ ਰੰਗ ਪੇਂਟ ਲਿਹਾ ਨਹੀਂ ਹੋਇਆ, ਕਿਤੋਂ ਰੰਗ ਪੇਂਟ ਖਰਾਬ ਨਹੀਂ ਹੋਇਆ, ਕੋਈ ਡੈਮੇਜ ਨਹੀਂ, ਸਾਫ਼ ਸੁਥਰਾ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ। ਅਤੇ ਟਰੈਕਟਰ ਦੇ ਜੋ ਟਾਇਰ ਨੇ 90-95 ਪੈਸੇ ਟਰੈਕਟਰ ਦੇ ਟਾਇਰ ਪਏ ਹੈ, ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਹੈ, ਅਪੋਲੋ ਦੇ ਟਾਇਰ ਲੱਗੇ ਹੋਏ ਨੇ। ਟਰੈਕਟਰ ਡਬਲ ਕਲੱਚ, ਪਾਵਰ ਬ੍ਰੇਕ, ਪਾਵਰ ਸਟੀਅਰਿੰਗ, ਸਾਈਡ ਗੇਅਰ ਅਤੇ ਡਬਲ ਪੀਟ ਦੇ ਨਾਲ ਹੈ। ਬਾਕੀ ਇੰਜਣ ਗੇਅਰ ਦਾ ਟਰੈਕਟਰ ਇੱਕਦਮ ਸੀਲਡ ਹੈ, ਕਿਤੋਂ ਵੀ ਟਰੈਕਟਰ ਨੂੰ ਚਾਬੀ ਤੱਕ ਨਹੀਂ ਲੱਗੀ ਹੋਈ, ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਖੜ੍ਹਾ ਹੈ, ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ। ਟਰੈਕਟਰ ਲੈਣ ਸਮੇਂ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ, ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਹੈ, ਅਤੇ ਮਾਲਕ ਵੀਰਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 5,00,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ, ਅਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ 'ਤੇ ਸ਼ੋ ਹੋ ਰਿਹਾ,
8385605 9010 ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਤੁਸੀਂ ਮਾਲਕ ਵੀਰਾਂ ਨਾਲ ਫੋਨ 'ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ ਵਟਸਐਪ 'ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਅਤੇ ਵੀਰੇ ਕੋਈ ਵੀ ਮਸ਼ੀਨਰੀ ਖਰੀਦਣ ਸਮੇਂ ਕਾਗਜ਼ ਪੱਤਰ ਜ਼ਰੂਰ ਚੈੱਕ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆ ਸਕੇ। ਅਤੇ ਇੱਕ ਸਾਰੇ ਵੀਰਾਂ ਨੂੰ ਹੋਰ ਰਿਕੁਐਸਟ ਹੈ, ਜਿੰਨੇ ਵੀਰ ਐਡ ਕਰਵਾਉਣ ਲਈ ਕਿਸੇ ਵੀ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਹੈ, ਉਸ ਮਸ਼ੀਨਰੀ ਦਾ ਰੇਟ, ਏਰੀਆ, ਮਾਡਲ ਅਤੇ ਟਾਇਰ ਕਿੰਨੇ ਪੈਸੇ ਹੁੰਦੇ ਹੈ, ਇਹ ਸਾਰੀ ਜਾਣਕਾਰੀ ਜ਼ਰੂਰ ਦੱਸਦਿਆ ਕਰਨ। ਜਦੋਂ ਸਾਡੇ ਕੋਲ ਸਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਐਡ ਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈ, ਜਿਸ ਕਰਕੇ ਤੁਹਾਡੀ ਐਡ ਲੇਟ ਵੀ ਹੋ ਜਾਂਦੀ ਹੈ। ਇਸ ਕਰਕੇ ਆਪਾਂ ਨੂੰ ਸਾਰੀ ਜਾਣਕਾਰੀ ਸੈਂਡ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੀ ਐਡ ਜਲਦ ਤੋਂ ਜਲਦ ਲਾ ਸਕੀਏ ਅਤੇ ਤੁਹਾਡੀ ਮਸ਼ੀਨਰੀ ਜਲਦ ਤੋਂ ਜਲਦ ਸੇਲ ਹੋ ਸਕੇ। ਅਤੇ ਇੱਕ ਜਿਨ੍ਹਾਂ ਵੀਰਾਂ ਨੇ ਆਪਣਾ ਚੈਨਲ ਜੱਟਾਂ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ, ਉਹ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਆਪਾਂ ਡੇਲੀ 6 ਮਸ਼ੀਨਰੀਆਂ ਦੀ ਇੱਕ ਵੀਡੀਓ ਲੈ ਕੇ ਆਉਂਦੇ ਹਾਂ, ਜਿਸ ਨੂੰ ਤੁਸੀਂ ਹਰ ਰੋਜ਼ ਦੇਖ ਸਕੋ ਅਤੇ ਮਿਸ ਨਾ ਕਰ ਸਕੋ ਅਤੇ ਤੁਹਾਨੂੰ ਕੋਈ ਵੀ ਮਸ਼ੀਨਰੀ ਖਰੀਦਣ ਜਾਂ ਵੇਚਣ ਵਿੱਚ ਆਸਾਨੀ ਮਿਲ ਸਕੇ। ਅਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਟਰੈਕਟਰ ਦੇ ਨਾਲ। ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ।